रेसर करवाना है तो इस तरीके से करवाएं, वरना कोई ज़रूरत नहीं फजूल खर्ची करने की। मैं आपको बताता हूं कि किस तरह से ये लेज़र कर रहे हैं। पहले ये चेक करें, ये देखें 375 मैसी ट्रैक्टर के साथ लेज़र कर रहे हैं, चेक करो। ਇੱਥੋਂ ਸੀਨ ਲੱਗ ਗਈ ਹੈ ਅਤੇ ਉੱਥੋਂ ਜਿਹੜੀ ਲੱਗੀ, ਜਦੋਂ ਮਸਲਣ ਕਿ ਤੁਹਾਨੂੰ ਆਪ ਦੇਖ ਰਹੇ ਹੈ ਟਰੈਕਟਰ ਕਾ ਕਿਤਨਾ ਜ਼ੋਰ ਲੱਗ ਰਿਹਾ। ਇਸ ਤਰ੍ਹਾਂ ਸੇ ਲੇਜ਼ਰ ਕਰਵਾਏ, ਵਰਨਾ ਰਹਿਣੇ ਦੇ। ਅੱਛੀ ਤਰ੍ਹਾਂ ਸੇ ਮਿੱਟੀ ਕੋ ਬਰੀਕ ਕਰਨਾ ਹੈ ਔਰ ਫਿਰ ये देखे कितनी कितनी सारी मिट्टी लैके जा रहा ट्रैक्टर, चेक करो कितना गड्डी का जोर लग रहा है। क्योंकि अपनी रेसर कर रहे हैं, किसी दी नहीं कर रहे, अपनी जो करी दी ध्यान दे नाल करी दी होंगी। चेक करो ਰੇਜ਼ਰ ਪਿਆਲੀ ਕਰਨ ਦੇ ਵੀ ਤਰੀਕੇ ਹੁੰਦੇ ਨੇ ਭਾਈ ਜਾਨ, ਅਤੇ ਹਰ ਇੱਕ ਕੰਮ ਜਿਹੜਾ ਤਜਰਬੇ ਦੇ ਨਾਲ ਹੁੰਦਾ ਹੈ ਅਤੇ ਤਜਰਬਾ ਹਰ ਇੱਕ ਬੰਦੇ ਨੂੰ ਨਹੀਂ ਹੁੰਦਾ। ਮਾਸ਼ਾਅੱਲਾ ਬਹੁਤ ਹੀ ਅੱਛੀ ਪਰਫਾਰਮੈਂਸ ਦੇ ਰਿਹਾ 375 ਮੈਸੀ ਟਰੈਕਟਰ, ਅਤੇ ਜ਼ੋਰ ਵੀ ਲੈ ਰਿਹਾ। ਇਹਦਾ ਮਤਲਬ ਜਦੋਂ ਗੱਡੀ ਜ਼ੋਰ ਲੈਂਦੀ ਹੈ ਸਮਝੋ ਪਿਆਲੀ ਸਹੀ ਰੇਜ਼ਰ ਹੋ ਰਹੀ ਹੈ, ਜਦੋਂ ਗੱਡੀ ਜ਼ੋਰ ਨਹੀਂ ਲੈਂਦੀ ਸਮਝੋ ਕਿ ਭਜਾ ਰਿਹਾ ਹੈ ਅਤੇ ਕੋਈ ਫਾਇਦਾ ਨਹੀਂ। ਚੈੱਕ ਕਰੋ ਮੈਂ ਉਮੀਦ ਕਰਨਾ ਕਿ ਤੁਹਾਨੂੰ ਮੇਰੇ ਦੋਸਤੋ, ਭਰਾਵੋ, ਬਜ਼ੁਰਗੋ, ਜਿੱਥੋਂ ਵੀ ਮੇਰਾ ਭਾਈ ਇੰਡੀਆ ਤੋਂ, ਪਾਕਿਸਤਾਨ ਤੋਂ, ਜਿਹੜੀ ਵੀ ਕੰਟਰੀ ਤੋਂ ਦੇਖਣ ਦਿਆ, ਤੁਹਾਨੂੰ ਅੱਜ ਦੀ ਮੇਰੀ ਵੀਡੀਓ ਪਸੰਦ ਆਈ ਹੋਏਗੀ। ਅਗਰ ਵੀਡੀਓ ਪਸੰਦ ਆਇਆ ਤਾਂ ਇਹਨੂੰ ਲਾਈਕ ਕਰ ਦਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਬਹੁਤ ਹੀ ਅੱਛੇ ਤਰੀਕੇ ਦੇ ਨਾਲ ਲੈਵਲ ਕਰ ਰਹੇ ਨੇ ਪਿਆਲੀ ਨੂੰ, ਲੈਵਲ ਤਾਂ ਕਰਦੇ ਨੇ ਕਿਉਂਕਿ ਪਾਣੀ ਦੀ ਬੱਚਤ ਹੋ ਜਾਂਦੀ, ਪਾਣੀ ਦਾ ਖਰਚਾ ਘੱਟ ਹੋ ਜਾਂਦਾ ਬੰਦੇ ਦਾ। ਹੋਰ ਵੀ ਮੂੰਜੀ ਲਾਉਣੀ ਹੁੰਦੀ ਹੈ ਅਤੇ ਮਤਲਬ ਕਿ ਪਾਣੀ ਸਹੀ ਤਰ੍ਹਾਂ ਫਿਰ ਜਾਵੇ, ਕਿਤੋਂ ਉੱਚੀ ਨੀਵੀਂ ਜਗ੍ਹਾ ਨਾ ਰਹੇ, ਇਸ ਵਜ੍ਹਾ ਕਰਕੇ ਤਾਂ ਲੈਵਲ ਕਰੀ ਦੀ। ਪਾਣੀ ਬਚਾਉਣਾ ਤੁਸੀਂ, ਪਾਣੀ ਦੀ ਬੱਚਤ ਕਰਨੀ ਹੈ। ਤੁਹਾਨੂੰ ਪਤਾ ਤੇਲ ਬੜੇ ਮਹਿੰਗੇ ਹੋ ਗਏ ਨੇ, ਹਰ ਚੀਜ਼ ਦੀ ਮਹਿੰਗਾਈ ਹੋ ਗਈ ਹੈ ਅਤੇ ਇਸ ਕਰਕੇ ਲੈਵਲ ਕਰਾ ਰਹੇ ਨੇ ਕਿ ਤੇਲ ਦੀ ਬੱਚਤ ਹੋ ਜਾਵੇਗੀ ਸਾਡੀ, ਅਤੇ ਕਿਉਂਕਿ ਮੋਟਰ ਤਾਂ ਇੱਥੇ ਲੱਗੀ ਨਹੀਂ, ਤੇਲ ਹੀ ਨੇ ਤੇਲ।